पटियाला दे थाना पसियाना अधीन पैंदी चौंकी डकाला दे नाल लगदे पिंड विच नाजायज माइनिंग करन वालेयां नूं पटियाला पुलिस ने काबू कर लिया। लगभग 6 किले जमीन दे उत्ते इह नाजायज माइनिंग चल रही सी। दस दईए कि पुलिस नूं गुप्त सूचना मिली सी, जिस तों बाद कि पुलिस दे वल्लों जल्द तों जल्द छापेमारी की गई। माइनिंग करन वालेयां वल्लों भज्जण दी कोशिश की गई, पर पुलिस ने मुस्तैदी दे नाल मौके ते 3 व्यक्तियां नूं काबू कर लिया, जिन्हां दे कोलों 2 मिट्टी दे भरे हुए टिप्पर अते 1 JCB बरामद हुई है। यह माइनिंग लगभग पिछले 2 महीनों तो हो रही सी। इस मामले की सारी जानकारी अगवाई कर रहे पुलिस अधिकारी दे वल्लों सांझी की गई है। असी सानू देख के भज्जण को इनफॉर्मेशन आई सी, नाल मुंडे मौके ते पहुंच गए सीगे, ते असी साडे को इनफॉर्मेशन सी वी इत्थे कोई टिप्पर ते कोई JCBs लगियां होईयां ने, ते इह काफ़ी 5-6 किले तो अंदर जाके पिंड दे विच सारा रस्ता सीगा, जिथे अपने व्हीकल आने बड़े मुश्किल सीगे। पर असी सारे मैं ते मेरी फोर्स मुंडे आके सारे मुस्तैदी नाल इत्थे आके असी इन्हां नूं ਫੜ ਲਿਆ ਜੀ ਸਾਰਿਆਂ ਨੂੰ। ਹੋਰ ਵੀ ਸੀ ਇਕੱਲੀ ਸੀ ਨਾ ਸਾਥੀ? ਹੋਰ ਵੀ ਨਾ, ਹੋਰ ਵੀ ਹੈਗੇ ਆਪਣੇ ਮੁੰਡੇ 2 ਕਨੂਦ ਨੇ ਫੜੇ ਹੋਏ ਨੇ, ਅਤੇ ਅਸੀਂ ਕਰਦੇ ਸਾਰੀ ਗੱਲ ਵੈਰੀਫਾਈ। ਠੀਕ। ਹਾਂ ਸਰ, ਦੱਸੋ ਕਿਹੜੀ ਜਗ੍ਹਾ ਹੈਗੀ ਹੈ ਅਤੇ ਕਿੰਨੀ ਮਾਈਨਿੰਗ ਹੋ ਰਹੀ ਸੀ, ਕੀ ਕੀ ਮੌਕੇ 'ਤੇ ਫੜੇ ਗਏ, ਬੰਦੇ ਫੜੇ ਗਏ ਕਿਵੇਂ? ਇਹ ਸਮਾਣਾ ਰੋਡ 'ਤੇ ਇੱਕ ਪਿੰਡ ਹੈ ਜੀ, ਚੌਂਕੀ ਟਕਾਲੇ ਦੇ ਵਿੱਚ ਭੰਨਰੇ। ਅਸੀਂ ਉੱਥੇ ਮੌਕੇ 'ਤੇ ਖੜੇ ਹਾਂ ਜੀ, ਅਤੇ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਪਈ ਸੀਗੀ। ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ, ਮੈਂ ਨਾਲ ਦੀ ਨਾਲ ਤੁਰੰਤ ਆਪਣੀ ਟੀਮ ਦੇ ਨਾਲ ਇੱਥੇ ਮੌਕੇ 'ਤੇ ਪਹੁੰਚ ਗਿਆ, ਅਤੇ ਇਹ ਤਕਰੀਬਨ ਮੇਨ ਰੋਡ ਤੋਂ ਇਹ 6 ਕਿੱਲਿਆਂ ਦੀ ਅੰਦਰ ਰਸਤਾ ਹੈਗਾ। ਇਹ ਸਾਰਾ ਗਾਰੇ ਨਾਲ ਚਿੱਕੜ ਨਾਲ ਭਰਿਆ ਹੋਇਆ, ਇੱਥੋਂ ਆਉਣਾ ਬੜਾ ਮੁਸ਼ਕਲ ਸੀ। ਪਰ ਅਸੀਂ ਫਿਰ ਵੀ ਦੂਰੋਂ ਜਦੋਂ ਸਾਨੂੰ ਦੇਖ ਲਿਆ, ਅਸੀਂ ਨਾਲ ਦੀ ਨਾਲ ਭੱਜ ਕੇ, ਸਾਰੇ ਜਾਣੇ ਮੇਰੇ ਮੁੰਡੇ ਨਾਲ ਸੀਗੇ, ਅਸੀਂ ਮੌਕੇ 'ਤੇ ਇੱਥੇ ਬੜੀ ਮੁਸਤੈਦੀ ਨਾਲ ਪਹੁੰਚ ਗਏ ਹਾਂ। ਪਹੁੰਚਦੇ ਸਾਰ ਅਸੀਂ ਜਿਹੜੇ ਮੁੰਡੇ ਇੱਥੇ ਹੈਗੇ ਸੀ ਅਸੀਂ ਫੜ ਲਏ, ਕਾਬੂ ਕਰ ਲਏ ਨੇ, ਅਤੇ ਜੋ ਇਹਨਾਂ ਦੇ ਵਹੀਕਲ ਸੀ ਅਸੀਂ ਇਹਨਾਂ ਦੀਆਂ ਵਹੀਕਲਸ ਵੀ ਅਸੀਂ ਨਾਲ ਦੀ ਨਾਲ ਸੀਜ਼ ਕਰ ਲਏ। ਕਿੰਨੇ ਵਹੀਕਲ ਸੀਗੇ ਹੁਣ ਤੱਕ, ਕਿੰਨੇ ਦੂਰ ਮੈਨਿੰਗ ਚੱਲ ਰਹੇ ਸੀ, ਕੁਛ ਪਤਾ ਲੱਗਿਆ? ਇੱਥੇ ਕਈ ਪਿੰਡਾਂ ਵਾਲੇ ਦੇ ਵੀ ਨਾਲ ਵਹੀਕਲਸ ਖੜੇ, ਅਸੀਂ ਵੈਰੀਫਾਈ ਕਰ ਰਹੇ ਹਾਂ। ਫਿਲਹਾਲ ਦੀ ਘੜੀ ਸਾਡੇ ਕੋਲ ਇੱਥੇ 2 ਟਿੱਪਰ ਨੇ ਅਤੇ ਜਿਹੜੀ ਬਾਕੀ JCB ਪੋਗਲਿਨ ਮਸ਼ੀਨ ਹੈ ਜੀ। ਕਿੰਨੇ ਬੰਦੇ ਆ ਜਿਹੜੀ ਜਗ੍ਹਾ ਹੈਗੀ ਹੈ? ਫਿਲਹਾਲ ਦੀ ਘੜੀ ਇੱਥੇ 3 ਮੁੰਡੇ ਨੇ ਜਿਹੜੇ ਅਸੀਂ ਮੌਕੇ ਤੋਂ ਭੱਜਦੇ ਹੋਏ ਅਸੀਂ ਫੜਦੇ ਸੀ ਨਾਲ ਦੀ ਨਾਲ, ਅਤੇ ਮਗਰ ਅਸੀਂ ਭੱਜ ਕੇ ਇਹਨਾਂ ਨੂੰ ਫੜਿਆ। ਆਪਣਾ ਇਹਨਾਂ ਨੇ ਦੇਖਿਆ ਦੂਰੋਂ ਵੀ ਪੁਲਿਸ ਆ ਰਹੀ ਹੈ, ਅਸੀਂ ਕਿਉਂਕਿ ਜਦੋਂ ਇੱਥੋਂ ਗੱਡੀਆਂ ਸਾਡੀਆਂ ਆ ਨਹੀਂ ਸਕਦੀਆਂ ਸੀ, ਅਸੀਂ ਦੂਰੋਂ ਜਦੋਂ ਭੱਜੇ ਆ ਰਹੇ ਸੀ ਅਸੀਂ ਇਹਨਾਂ ਨੇ ਸਾਨੂੰ ਦੇਖ ਕੇ ਭੱਜ ਲਏ, ਅਤੇ ਪਰ ਅਸੀਂ ਫਿਰ ਵੀ ਅਸੀਂ ਇਹਨਾਂ ਨੂੰ ਬੜੀ ਹਿੰਮਤ ਦੇ ਨਾਲ, ਮਗਰ ਕਿਉਂਕਿ ਇੱਥੇ ਕਾਫੀ ਗਾਰਾ ਸੀ, ਜਿਹੜਾ ਟਰੇਨ ਹੈ ਉਹ ਜ਼ਿਆਦਾ ਇਹ ਤੁਰਨਯੋਗ ਹੈ ਨਹੀਂ ਸੀਗਾ, ਅਤੇ ਅਸੀਂ ਫਿਰ ਵੀ ਇਹਨਾਂ ਨੂੰ ਮਗਰ ਪੈ ਕੇ ਇਹਨਾਂ ਦੇ ਫੜ ਲਏ। ਇਹ 3 ਬੰਦੇ ਕੌਣ, ਜ਼ਮੀਨ ਦੇ ਮਾਲਕ ਹੈ ਜਾਂ ਫਿਰ ਜਿਹੜੇ ਹੈਗੇ ਟਿੱਪਰ ਵਾਲੇ ਬੰਦੇ ਹੈ, ਕੌਣ ਹੈ ਜੀ 3? ਨਹੀਂ, ਹੁਣ ਤੱਕ ਤਾਂ ਜੋ ਅਸੀਂ ਕਿਉਂਕਿ ਅਸੀਂ ਹਲੇ ਸਾਰੀ ਚੀਜ਼ਾਂ ਕਰ ਹੀ ਰਹੇ ਸੀਗੇ, ਅਤੇ ਨਾਲ ਦੀ ਨਾਲ ਤੁਸੀਂ ਇੱਥੇ ਮੌਕੇ 'ਤੇ ਆ ਗਏ ਹੋ, ਪਰ ਜੋ ਹੁਣ ਤੱਕ ਮੈਨੂੰ ਪਤਾ ਲੱਗਿਆ ਇਨਵੈਸਟੀਗੇਟ ਕਰਦੇ ਹੋਏ ਅਤੇ ਇਹ ਵਹੀਕਲਸ ਦੇ ਡਰਾਈਵਰ ਨੇ। ਅਤੇ ਹੁਣ ਜਿਹਦੀ ਜ਼ਮੀਨ ਹੋਈ ਜਿਹੜੇ ਕਰਵਾ ਰਿਹਾ ਉਹਦੇ ਖਿਲਾਫ਼ ਵੀ ਕੋਈ ਮਾਮਲਾ? ਬਿਲਕੁਲ ਕਰਾਂਗੇ ਜੀ, ਅਸੀਂ ਮਾਈਨਿੰਗ ਵਾਲਿਆਂ ਨੂੰ ਅਤੇ ਆਪਣੇ ਰੈਵਨਿਊ ਡਿਪਾਰਟਮੈਂਟ ਨੂੰ ਅਸੀਂ ਲਿਖਾਂਗੇ, ਉਹਦੇ ਵਿੱਚ ਅਸੀਂ ਇਕੱਲੀ ਚੀਜ਼ ਵੈਰੀਫਾਈ ਕਰਾਂਗੇ। ਵੀ ਅਸੀਂ ਤਾਂ ਮੈਂ ਤਾਂ ਸਗੋਂ ਇਹ ਵੀ ਅਪੀਲ ਕਰਦਾ ਜਿਹੜੇ ਪਿੰਡ ਵਾਲੇ ਲੋਕ ਹੁੰਦੇ ਨੇ, ਵੀ ਜਿਹੜੀ ਕਾਨੂੰਨੀ ਚੀਜ਼ ਹੈ ਤੁਸੀਂ ਕਾਨੂੰਨ ਨੂੰ ਬਿਲਕੁਲ ਵੀ ਇਹਨੂੰ ਉਲੰਘਣਾ ਨਾ ਕਰੋ, ਕਿਉਂਕਿ ਜਦੋਂ ਆਪਾਂ ਕੋਈ ਵੀ ਮਿੱਟੀ ਚੱਕਣ ਨਾਲ ਮਿੱਟੀ ਚੁਕਾਉਣ ਜਾਏ ਆਪਸ 'ਚ ਕੋਈ ਨਾ ਕੋਈ ਇੱਦਾਂ ਦੀ ਕੋਈ ਆਪਣੇ ਵੱਲੋਂ ਮਰਜ਼ੀ ਕਰਦੇ ਨੇ ਜਿਹੜੀ ਕਾਨੂੰਨ ਦੇ ਖਿਲਾਫ਼ ਹੈ, ਅਤੇ ਉਹਦੇ 'ਚ ਦਿੱਕਤ ਆਉਂਦੀ ਹੈ, ਅਤੇ ਅਸੀਂ ਬਿਲਕੁਲ ਪੁਲਿਸ ਨੇ ਫੈਕਟਸ ਦੇ ਮੁਤਾਬਿਕ ਐਕਟ ਕਰਨਾ ਹੁੰਦਾ ਜੀ। ਕੋਈ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਤੁਹਾਨੂੰ ਜਿਹੜੀ ਉਰੇ ਮਾਈਨਿੰਗ ਕਰੀ ਹੈ ਪਿੰਡ ਦੇ ਸਰਪੰਚ ਹੋਣਾ ਕਿਸੇ ਵੱਲੋਂ ਕਾਫ਼ੀ ਲੰਬੀ ਮਾਈਨਿੰਗ? ਬਿਲਕੁਲ ਨਹੀਂ ਆਈ ਜੀ ਸਾਨੂੰ, ਅਸੀਂ ਤਾਂ ਚਾਹੁੰਦੇ ਹਾਂ ਕਿ ਵੀ ਸਾਨੂੰ ਲੋਕ ਗਾਂਹ ਹੋ ਕੇ ਹਮੇਸ਼ਾ ਗਾਂਹ ਹੋ ਕੇ ਆਪ ਕਾਲ ਕਰਕੇ ਦੱਸਣ। ਅਸੀਂ ਤਾਂ ਆਪਣੀ ਪੈਟਰੋਲਿੰਗ ਪਾਰਟੀ ਸੋਰਸਿਸ ਲਾਏ ਹੋਏ ਨੇ, ਪਰ ਲੋਕਾਂ ਤੋਂ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਗਾਂਹ ਹੋ ਕੇ ਸਾਨੂੰ ਇਕੱਲੀ ਚੀਜ਼ ਵੀ ਆਹ ਪਾ ਕੇ ਪੁਲਿਸ ਨੂੰ ਸਾਨੂੰ ਇਤਲਾਹ ਦੇਣ। ਠੀਕ ਹੈ।